ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਨਵਾਂ, ਮੈਂ ਸਮਝਦਾ, ਦਿੱਲੀ ਗੁਰਦੁਆਰਾ ਕਮੇਟੀ ਨੇ ਚੰਨ ਚਾੜਿਆ। ਪਾਲਕੀ ਸਾਹਿਬ ਜਿਹੜੀ ਪਰਸੋਂ ਰੋਜ਼ ਨਗਰ ਕੀਰਤਨ ਦਿੱਲੀ ਤੋਂ ਨਨਕਾਣਾ ਸਾਹਿਬ ਜਾਣਾ, ਉਹਦੀ ਨਵੀਂ ਪਾਲਕੀ ਸਾਹਿਬ ਦੀ ਬੱਸ ਬਣ ਕੇ ਆਈ ਔਰ ਉਹਦੇ ਵਿੱਚੋਂ ਪਾਲਕੀ ਸ਼ਿਸ਼ੋਭਿਤ ਹੈ ਜਿਹਦੇ 'ਚ ਗੁਰੂ ਮਹਾਰਾਜ ਦਾ ਸਰੂਪ ਜਾਣਾ। ਹਰੇਕ ਸਿੱਖ, ਹਰੇਕ ਗੁਰੂ ਨਾਨਕ ਨਾਮ ਲੇਵਾ ਕੋਈ ਨਵੀਂ ਗੱਡੀ ਲਵੇ ਤਾਂ ਉਹਦਾ ਹੁੰਦਾ ਮਨ ਕਿ ਮੈਂ ਬੰਗਲਾ ਸਾਹਿਬ ਜਾ ਕੇ ਅਰਦਾਸ ਕਰਾਵਾਂ, ਕੜਾਹ ਪ੍ਰਸ਼ਾਦ ਕਰਾਵਾਂ, ਅੰਮ੍ਰਿਤ ਦੇ ਦੋ ਛਿੱਟੇ ਉਸ ਗੱਡੀ 'ਚ ਪਾਵਾਂ, ਉਹ ਸੁੱਖ ਹੰਡਾਵਾ ਹੋਵੇ। ਮੈਂ ਸਮਝਦਾ ਉਹ ਸਵਾਰੀ ਜਿਹਦੇ 'ਚ ਗੁਰੂ ਸਾਹਿਬ ਨੇ ਨਨਕਾਣਾ ਸਾਹਿਬ ਤੱਕ ਸਫ਼ਰ ਕਰਨਾ ਔਰ ਸਾਰੇ ਰਾਹ 'ਤੇ ਸੰਗਤਾਂ ਨੇ ਨਤਮਸਤਕ ਹੋਣਾ ਹੈ ਗੁਰੂ ਸਾਹਿਬ ਲਈ, ਅੱਖਾਂ ਵਿਛਾ ਕੇ ਇਸ ਬੱਸ ਦਾ, ਇਸ ਪਾਲਕੀ ਦਾ ਔਰ ਗੁਰੂ ਸਾਹਿਬ ਦੀ ਆਮਦ ਦਾ ਸਵਾਗਤ ਕਰਨਾ। ਮੈਂ ਸਮਝਦਾ ਕਿ ਅੱਜ ਬੰਗਲਾ ਸਾਹਿਬ ਜਦੋਂ ਗਈ ਦੁਪਹਿਰ ਵੇਲੇ, ਉੱਥੇ ਗੇਟ ਬੰਦ ਕਰ ਦਿੱਤੇ ਗਏ ਕਿ ਪਾਲਕੀ ਸਾਹਿਬ ਅੰਦਰ ਨਹੀਂ ਆ ਸਕਦੀ। ਉੱਥੇ ਟਾਸਕ ਫੋਰਸ ਅੱਗੇ ਖੜ੍ਹੀ ਕਰ ਦਿੱਤੀ ਗਈ ਕਿ ਪਾਲਕੀ ਸਾਹਿਬ ਨੂੰ ਅੰਦਰ ਨਾ ਆਉਣ ਦਿੱਤਾ ਜਾਵੇ। ਮੈਂ ਸਮਝਦਾ ਜਿੱਥੇ ਇਹ ਕਿਤੇ ਨਾ ਕਿਤੇ ਇਹ ਮਸੰਦਾਂ ਵਾਲੀ ਗੱਲ, ਇਹ ਮੈਂ ਸਮਝਦਾ ਕਿ ਹੰਕਾਰ ਦਾ ਉਹਨਾਂ ਨੇ ਮੁਜ਼ਾਹਰਾ ਕੀਤਾ ਆਪਣੇ। ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਤਰਜੀਹਾਂ ਉਠਾਈਆਂ ਨੇ। ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਸੀਗਾ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਸਹਿਯੋਗ ਕਰੇ ਜਿਹੜਾ ਨਗਰ ਕੀਰਤਨ 28 ਤਰੀਕ ਜਾਣਾ। ਮੈਂ ਸਮਝਦਾ ਇਹ ਸਹਿਯੋਗ ਤਾਂ ਕੀ, ਇਹ ਤਾਂ ਉਸ ਪਾਲਕੀ ਨੂੰ ਵੀ ਇਹਨਾਂ ਨੇ ਰਾਹ ਰੋਕ ਦਿੱਤੇ ਜਿਹਦੇ 'ਚ ਗੁਰੂ ਮਹਾਰਾਜ ਦੀ ਸਵਾਰੀ ਕਰਨੀ ਹੈ ਔਰ ਇਹਨਾਂ ਦੇ ਸੀਨੀਅਰ ਅਹੁਦੇਦਾਰ ਕਮੇਟੀ ਦੇ ਮਾਲਕ ਜਿਹੜੇ ਆਪਣੇ ਆਪ ਬਣੇ ਬੈਠੇ ਨੇ, ਉਹ ਆਖ ਰਹੇ ਨੇ ਸਾਡੇ ਤੋਂ ਪਰਮਿਸ਼ਨ ਨਹੀਂ ਲਈ। ਮੈਂ ਪੁੱਛਣਾ ਚਾਹੁੰਦਾ ਸਰ, ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਗੱਡੀ ਆਉਂਦੀ ਹੈ, ਸਰਦਾਰ ਸੁਖਬੀਰ ਸਿੰਘ ਬਾਦਲ ਦੀ, ਬੀਬਾ ਬਾਦਲ ਦੀ ਜਦੋਂ ਮੱਥਾ ਟੇਕਣ ਆਉਂਦੇ ਨੇ, ਨਾਲ ਚਾਰ ਚਾਰ ਜਿਪਸੀਆਂ ਸਾਇਰਨ ਮਾਰਦੀਆਂ ਆਉਂਦੀਆਂ ਨੇ, ਉਹ ਤੁਹਾਡੇ ਤੋਂ ਪਰਮਿਸ਼ਨ ਲੈ ਕੇ ਆਉਂਦੀਆਂ ਨੇ ਅੰਦਰ? ਉਹਨਾਂ ਵਾਸਤੇ ਦਰਵਾਜ਼ੇ ਖੁੱਲ੍ਹ ਜਾਂਦੇ ਨੇ, ਜਿਹੜੀ ਨਾਲ ਸਿਕਿਉਰਿਟੀ ਹੁੰਦੀ ਹੈ। ਉਹਨਾਂ ਦੀ ਜੇਬ 'ਚ ਵੀ ਜੇ ਕੋਈ ਨਸ਼ੀਲਾ ਪਦਾਰਥ ਹੋਵੇ ਤਾਂ ਸਾਨੂੰ ਕੁਛ ਨਹੀਂ ਪਤਾ, ਲੇਕਿਨ ਇਹ ਉਹ ਸਵਾਰੀ ਜਿਹਦੇ ਸਵਾਏ ਗੁਰੂ ਤੋਂ ਹੋਰ ਕੋਈ ਚੀਜ਼ ਨਹੀਂ ਜਾ ਸਕਦੀ। ਇਹਦੀ ਬਣਾਵਟ ਹੀ ਇਸੇ ਤਰੀਕੇ, ਇਹ ਬਣਾਈ ਇਸੇ ਲਈ ਗਈ ਹੈ ਕਿ ਸਿਰਫ ਗੁਰੂ ਮਹਾਰਾਜ ਦੇ ਸਰੂਪ ਨੂੰ ਲੈ ਕੇ ਕਿਤੇ ਨਗਰ ਕੀਰਤਨਾਂ ਦੇ ਵਿੱਚ ਜਾਂ ਧਾਰਮਿਕ ਸਮਾਗਮਾਂ 'ਚ ਜਾਣਾ, ਤੁਸੀਂ ਉਸ ਨੂੰ ਰੋਕਿਆ। ਮੈਂ ਸਮਝਦਾ ਵਾਂ ਕਿ ਸ਼ਾਇਦ ਤੁਸੀਂ ਗੁਰੂ ਦੇ ਖੌਫ ਤੋਂ, ਗੁਰੂ ਦੇ ਭਾਉ ਤੋਂ ਬਾਹਰ ਹੋ ਔਰ ਤੁਹਾਨੂੰ ਇੱਕੋ ਇੱਕ ਚੀਜ਼ ਨਜ਼ਰ ਆ ਰਹੀ ਹੈ ਕਿ ਅਸੀਂ ਕਿਸੇ ਤਰੀਕੇ ਕਿਵੇਂ ਅਸੀਂ ਉਹਨਾਂ ਪੋਲੀਟੀਕਲ ਪਾਰਟੀ ਨੂੰ ਖੁਸ਼ ਰੱਖੀਏ ਜਿਨ੍ਹਾਂ ਤੋਂ ਤੁਸੀਂ ਟਿਕਟ ਲੈਣੀ ਹੈ। ਸਾਰੀ ਸ਼ਤਾਬਦੀ, ਸਾਰਾ ਨਿਜ਼ਾਮ, ਸਾਰੀ ਦਿੱਲੀ ਗੁਰਦੁਆਰਾ ਕਮੇਟੀ ਦੀ ਤਾਕਤ ਤੁਸੀਂ ਝੋਂਕ ਦਿੱਤੀ ਹੈ ਕਿ ਆਪਣਾ ਕੱਦ ਅਸੀਂ ਕਿੱਦਾਂ ਵੱਡਾ ਕਰ ਸਕੀਏ। ਤੁਸੀਂ ਨਾ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਦਾ ਪ੍ਰਚਾਰ ਕਰ ਸਕੇ ਹੋ, ਨਾ ਗੁਰੂ ਨਾਨਕ ਦੇ ਸ਼ਬਦ ਦੇ ਪ੍ਰਚਾਰ ਦਾ ਪ੍ਰਸਾਰ ਕਰ ਸਕੇ ਹੋ। ਮੈਂ ਸਮਝਦਾ ਵਾਂ ਕਿ ਸੰਗਤ ਇੱਕ ਇੱਕ ਚੀਜ਼ ਨੋਟ ਕਰ ਰਹੀ ਹੈ। ਮੈਂ ਵਧਾਈ ਦੇਣਾ ਚਾਹੁੰਦਾ ਵਾਂ ਮਹਾਂਪੁਰਸ਼ਾਂ ਨੂੰ, ਟਿਕਾਣਾ ਸਾਹਿਬ ਵਾਲਿਆਂ ਨੂੰ। ਬਾਬਾ ਅੰਮ੍ਰਿਤਪਾਲ ਜੀ ਨਾਲ ਮੇਰੀ ਗੱਲ ਹੋਈ, ਉਹਨਾਂ ਨਾਲ ਜਦੋਂ ਗੱਲ ਹੋਈ, ਉਹ ਕਹਿੰਦੇ ਮਨਜੀਤ ਜੀ ਇਹ ਮੰਦਭਾਗੀ ਗੱਲ ਹੈ ਔਰ ਮੈਂ ਸਮਝਦਾ ਵਾਂ ਕਿ ਇਹਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਮੈਂ ਬੇਨਤੀ ਕੀਤੀ ਹੈ ਕਿ ਪਾਲਕੀ ਸਾਹਿਬ ਜਿਹੜੀ ਹੈ, ਟਿਕਾਣਾ ਸਾਹਿਬ ਪੰਜਾਬੀ ਬਾਗ ਲੈ ਆਓ, ਇਹ ਇੱਥੇ ਸ਼ਿਸ਼ੋਭਿਤ ਰਹੇਗੀ ਜਦ ਤੱਕ ਨਗਰ ਕੀਰਤਨ 'ਤੇ ਨਹੀਂ ਜਾਂਦੀ। ਮੈਂ ਧੰਨਵਾਦ ਕਰਦਾ ਵਾਂ ਟਿਕਾਣਾ ਸਾਹਿਬ ਵਾਲੇ ਵੱਡੇ ਮਹਾਂਪੁਰਸ਼ਾਂ ਦਾ, ਬਾਬਾ ਅੰਮ੍ਰਿਤਪਾਲ ਜੀ ਦਾ, ਔਰ ਸੰਗਤ ਅੱਗੇ ਬੇਨਤੀ ਕਰਦਾ ਕਿ ਇਹ ਜਿਹੜੀ ਮਨ ਮਰਜ਼ੀਆਂ ਕਰਦੇ ਪਏ ਨੇ, ਵਕਤ ਆਏਗਾ ਤੁਹਾਨੂੰ ਇਹਨਾਂ ਦਾ ਹਿਸਾਬ ਲੈਣਾ ਪਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।